ਸਰ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਿਹਾ ਜੀ। ਸਾਨੂੰ ਅਸੀਂ ਇਹਨਾਂ ਤੋਂ ਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ, ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ। ਠੀਕ ਆ ਜੀ, ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ। ਇਹਨਾਂ ਨੂੰ ਸਾਈਡ ਦੇ ਨਾ ਸਾਨੂੰ ਇਹਨਾਂ ਨੇ ਅੱਜ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ। ਅਸੀਂ ਉੱਥੇ ਜਾਂਦੇ ਹਾਂ, ਸਾਨੂੰ ਨਾ ਦਫ਼ਤਰ ਜਾਂਦੇ ਐਸ ਡੀ ਐਮ ਦਫ਼ਤਰ ਜਾਂਦੇ, ਉਹ ਕਹਿੰਦੇ ਲੁਧਿਆਣੇ ਜਾਓ, ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ। ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸ ਡੀ ਐਮ ਸਮਰਾਲੇ ਜਾਓ, ਉੱਥੇ ਮਿਲਣਗੇ। ਅਵਾਰਡ ਦੀਆਂ ਕਾਪੀਆਂ ਨਾ ਕੋਈ ਵਾਸਤਾ, ਸਾਡੀਆਂ ਜ਼ਮੀਨਾਂ ਦੋ ਫਾੜ ਹੋ ਗਈਆਂ। ਉਹ ਕਹਿੰਦੇ ਜਿਹੜੀ ਬਾਕੀ ਬਚ ਗਈ ਨਾ ਅਸੀਂ ਉਹਨਾਂ ਤੋਂ ਕੋਈ ਪ੍ਰਬੰਧ ਕਰਨਾ, ਪਾਣੀ ਦਾ ਪ੍ਰਬੰਧ ਨਾ ਕੁਛ ਹੋਰ ਜੀ, ਧੱਕੇ ਨਾਲ ਕੋਈ ਨਾ ਰਸਤਾ ਆ ਜੀ ਕੋਈ। ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ, ਜਿਹੜਾ ਕਿੱਲੇ ਦਾ ਰੇਟ ਆ ਚੱਲ ਰਿਹਾ? ਸਰ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੀਏ ਤਾਂ 50-50 ਲੱਖ ਰੁਪਏ ਚੱਲਦਾ ਜੀ। ਸਰ ਇਹਨਾਂ ਨੇ ਸਾਰਾ ਕੁਛ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40-1 ਲੱਖ ਰੁਪਇਆ ਮਿਲਦਾ ਜੀ ਟੋਟਲ, ਜਦਕਿ ਜ਼ਮੀਨਾਂ 50-50, 60-60 ਲੱਖ ਰੁਪਏ ਤੋਂ ਉੱਪਰ ਦੀਆਂ ਜ਼ਮੀਨਾਂ ਨੇ ਜੀ। ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ, ਇਹ ਜ਼ਮੀਨ ਦਾ ਕੀ ਰੇਟ ਆ ਭਾਜੀ? ਇੱਥੋਂ 50-60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ। ਇੱਕ ਗੱਲ ਫਾਈਨਲ ਕਰੋ ਵੀ ਅੱਜ ਹਮਲਾ ਫੈਲਾ ਲੈ ਕੇ ਆਏ ਨੇ, ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ? ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ, ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ, ਇਹ ਤਾਂ ਧੱਕੇ ਨਾਲ ਆ ਕੇ ਬਸ ਗਏ। ਅਦਾਲਤ ਵੱਲੋਂ ਕੋਈ ਕੇਸ ਚੱਲਦਾ? ਸਰ ਅਸੀਂ ਅਦਾਲਤ ਵੱਲੋਂ ਕੇਸ ਲਾਇਆ ਹੋਇਆ ਜੀ, ਅਸੀਂ ਕੇਸ ਲਾਇਆ ਹੋਇਆ, ਹਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ। ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ, ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦੇਵਾਂਗੇ ਉਸ, ਜਾਂ ਰੇਟ ਵਧੂਗੀ ਜਾਂ ਪ੍ਰਸ਼ਾਸਨ ਕੁਛ ਵੀ ਕੋਈ ਹੱਲ ਕਰਕੇ ਦਊਗਾ ਜੀ। ਅੱਜ ਸਿੱਧਾ ਹੀ ਆ ਕੇ ਸਾਡੇ ਸਰ ਕਬਜ਼ੇ ਲਾਉਣ ਲੱਗੇ, ਫਸਲਾਂ ਬੀਜੀਆਂ ਹੋਈਆਂ ਸਰ, ਖਰਚਾ ਕਰਿਆ ਹੋਇਆ, ਕਿੱਥੋਂ ਜ਼ਿੰਮੇਦਾਰ ਬਾਜੂਗਾ ਜੀ? ਪੰਜਾਬ ਸਰਕਾਰ ਦਾ ਵੀ ਇੱਥੇ ਅਸੀਂ ਲੈ ਮਤਲਬ MLA ਸਾਹਿਬ ਤੱਕ ਹੁਣ ਤੱਕ ਕਿੰਨੀ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੁੱਕੇ ਹਾਂ ਲਿਖ ਲਿਖ ਕੇ ਜੀ, ਅਤੇ ਉਹਨਾਂ ਨੇ ਵੀ ਕੋਈ ਜ਼ਿੰਮੀਦਾਰਾਂ ਦਾ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਹਾਂ, ਉਹਨਾਂ ਵੱਲੋਂ ਵੀ ਕੋਈ MLA ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ, ਕਿਸੇ ਨੇ ਅਜੇ ਤੱਕ ਬਾਹੇ ਨਹੀਂ ਫੜੀ ਜੀ। 2-2, 3-3 ਸਾਲ ਹੋ ਗਏ ਸਰ ਸਾਨੂੰ ਧਰਨੇ ਲਾਉਂਦਿਆਂ ਨੂੰ, ਕੋਈ ਨਹੀਂ ਪੁੱਛਦਾ ਜੀ ਸਰ, ਬਸ ਧੱਕਾ ਮੁੱਕੀ ਚੱਲਦੀ ਆ ਜੀ, ਇੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਨੇ ਜੀ ਬਸ। ਮਾਮਲਾ ਕੀ ਹੈ? ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਘੱਟ ਦਿੱਤੇ ਆ ਸਾਨੂੰ, ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਵਾਹ ਲਈਆਂ ਇਹਨਾਂ ਨੇ, ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਇਹਨਾਂ ਨੇ। ਨਹੀਂ ਜੀ, ਆਪਾਂ ਗੱਲ ਕਰੀਏ ਥੋੜ੍ਹਾ, ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਇਹ ਫਾਈਲਾਂ ਦਿੱਤੀਆਂ? ਫਾਈਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ ਜੀ, 8ਵੇਂ ਮਹੀਨੇ ਤੋਂ ਸੀ। ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸਮਰਾਲੇ ਭੇਜ ਦਿੱਤਾ SDM ਦੇ, SDM ਦੇ ਅਸੀਂ ਜਾਂਦੇ ਰਹੇ ਹਾਂ 2-3 ਦਿਨ, ਹੁਣ ਅਸੀਂ ਫਾਈਲਾਂ ਬਣਾ ਕੇ ਫਿਰ ਦੇ ਦਿੱਤੀਆਂ ਇਹਨਾਂ ਨੂੰ, ਹਾਲੇ ਸਾਨੂੰ ਕੋਈ ਮਾਜਵਾ ਨਹੀਂ ਮਿਲਿਆ, ਕੋਈ ਸਾਨੂੰ ਪੈਸਾ ਨਹੀਂ ਮਿਲਿਆ, ਜ਼ਮੀਨਾਂ ਵਾਹ ਚੁੱਕੇ। ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ? ਹਾਂਜੀ। ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ? ਕੀ ਅਸ਼ਵਾਸ਼ਨ ਹੁਣ SDM ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾ ਦਵਾਂਗੇ ਤੁਹਾਨੂੰ, ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਆ। ਘਟਣਾ ਹੈ ਜੀ ਵੀ ਰੇਟ 10 ਲੱਖ ਰੁਪਇਆ ਤੁਹਾਡਾ ਧੱਕੇ ਨਾਲ ਸਾਡੇ ਤੋਂ ਕਬਜ਼ੇ ਲੈਂਦੇ ਨੇ, ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ। ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ, ਸਾਡੇ ਨਾਲ ਧੱਕਾ ਮੁੱਕੀ ਕਰਦੇ ਨੇ, ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ। ਸਰਕਾਰ ਵੱਲੋਂ ਜੀ ਫਰਾਸਨ ਭੇਜਿਆ ਉਹਨਾਂ ਨੇ, ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ, ਸਾਨੂੰ ਮਤਲਬ ਕਬਜ਼ਾ ਨਹੀਂ ਮਨਜ਼ੂਰ ਹੈਗਾ ਜੀ। ਨਹੀਂ ਆਈ ਸਾਨੂੰ ਸੱਚ, ਕੋਈ ਅਸੀਂ ਖਾਤਾ ਨਹੀਂ ਦਿੱਤਾ ਜੀ, ਉਸ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ। ਨਹੀਂ ਇਦਾਂ ਕਿੱਦਾਂ ਹੋ ਸਕਦਾ ਵੀ ਤੁਹਾਡੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਬਗੈਰ ਲੈ ਲੈਣਗੇ? ਬਿਲਕੁਲ ਜੀ, ਤੁਹਾਡੇ ਸਾਹਮਣੇ ਧੱਕਾ ਮੰਗ, ਤੁਹਾਡੇ ਸਾਹਮਣੇ ਸਾਨੂੰ ਧੱਕੇ ਕਰਦੇ ਛੱਡ ਨਾ ਹਾਲੇ ਕਿਸੇ ਨੇ ਕੋਈ ਸਾਨੂੰ ਅਸੀਂ ਨਹੀਂ ਇਹਨਾਂ ਨੇ। ਹਾਂਜੀ, ਕੀ ਨਾਮ ਹੈ ਜੀ? ਸੁਖਜੀਤ ਸਿੰਘ ਆ ਜੀ, ਮੇਰਾ ਨਾਮ ਪਿੰਡ ਨਗਰ ਬਲੌਰਪੁਰ ਹੈ ਜੀ। ਦੇਖੋ ਜੀ, ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ, ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਅਸੀਂ ਬਹਿਲੋਲਪੁਰ ਪਿੰਡ ਦੇ ਵਿੱਚ ਪੁਜੈਸ਼ਨ ਲੈਣ ਆਏ ਹਾਂ। 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ, ਅਤੇ ਐਜ਼ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ 2013 ਦੇ ਅਨੁਸਾਰ, ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ, ਮਾਲਕੀ ਉਹਨਾਂ ਦੀ ਹੋ ਜਾਂਦੀ ਹੈ। ਉਸ ਸੰਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਹਾਂ, ਅਤੇ ਜਦੋਂ ਮਾਨਯੋਗ ਹਾਈਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ, ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋਲ, ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ। ਉਸ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਗਾਇਆ ਸੀਗਾ, ਸਾਰਿਆਂ ਨੂੰ ਜੇ ਇੱਕ ਚੈੱਕਲਿਸਟ ਦੇਤੀ ਸੀ ਜਿਸ ਅਨੁਸਾਰ ਜੋ ਜੋ ਰੈਲੇਵੈਂਟ ਡਾਕੂਮੈਂਟ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ।
ਮੇਰੇ ਕੋਲ 15 ਫਾਈਲਾਂ ਜਿਹੜੀਆਂ ਕੱਲ੍ਹ ਜਾਂ ਪਰਸੋਂ ਮੇਰੇ ਕੋਲ ਆ ਗਈਆਂ, ਇਹਨਾਂ ਨੇ ਕਿਸਾਨ ਭਰਾਵਾਂ ਨੇ ਦਿੱਤੀਆਂ, ਉਹਨਾਂ ਦੇ ਵਿਦਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ। ਅਤੇ ਕਬਜ਼ਾ ਅਸੀਂ ਅੱਜ ਲੈਣ ਆਏ ਹਾਂ। ਉਸ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪੁਜੈਸ਼ਨ ਲਿਆ ਜਾਵੇ। ਉਸ ਲੜੀ ਤਹਿਤ ਅਸੀਂ ਮਾਨਯੋਗ ਹੁਕਮ ਸਾਹਿਬ ਗੱਲ ਕਰੀਏ, ਤੁਸੀਂ ਆਏ ਹੋ ਕਬਜ਼ਾ ਲੈਣ ਵਾਸਤੇ, ਕਿਸਾਨ ਵਿਰੋਧ ਕਰ ਰਹੇ ਨੇ, ਕਿਉਂ ਕਰ ਰਹੇ ਨੇ ਜੀ? ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਜੀ, ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨਹੀਂ, ਨੰਬਰ ਨਹੀਂ ਦਿੱਤਾ, ਕੋਈ ਖਾਤੇ ਨਹੀਂ ਦਿੱਤੇ, ਤਾਂ ਵੀ ਇਹ ਸਾਡੀ ਜ਼ਮੀਨ 'ਤੇ ਕਬਜ਼ਾ ਲੈਣਾ? ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ, ਪੋਤ ਦੀ ਗੱਲ ਕਰਾਂ, 90% ਲੋਕਾਂ ਨੇ ਪੈਸੇ ਚੱਕ ਲਏ ਹੋਏ ਨੇ। ਇਹਨਾਂ 2 ਪਿੰਡਾਂ ਦੀ ਗੱਲ ਕਰਾਂ, 2 ਪਿੰਡਾਂ ਦੇ ਅਫਸੋਸ ਅੱਗੇ ਅਸੀਂ ਚੱਲਦੇ ਰਹਾਂਗੇ ਹੌਲੀ ਹੌਲੀ ਕਰਕੇ। ਪੈਸੇ ਚੁੱਕਣਾ ਨਾ ਚੁੱਕਣਾ ਕਿਸਾਨ ਦੀ ਮਰਜ਼ੀ ਹੈ। ਅਸੀਂ ਬੇਨਤੀ ਕਰ ਸਕਦੇ ਵੀ ਆਪਣੀ ਫਾਈਲ ਜਮ੍ਹਾਂ ਕਰਾਓ, ਜਿਵੇਂ ਮੇਰੇ ਕੋਲ 15 ਫਾਈਲਾਂ ਕੈਂਪ ਲਾਇਆ ਸੀ, 20 ਫਾਈਲਾਂ ਮੇਰੇ ਕੋਲ ਆ ਵੀ ਗਈਆਂ ਵੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵਾਂ, ਜਦੋਂ ਅਵਾਰਡ ਅਨਾਊਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ। ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਵੀ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨਾ, ਜਿਵੇਂ ਸੜਕਾਂ ਬਣਾਉਣੀਆਂ, ਹਸਪਤਾਲ ਬਣਾਉਣੇ ਆ, ਕੋਈ ਰੋਡ ਬਣਾਉਣੀ ਹੈ, ਉਹਦੇ ਵਾਸਤੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ, ਰੋਕ ਨਹੀਂ ਲੱਗ ਜਾ ਸਕਦੀ। ਹਾਂ, ਜਿਹੜੇ ਕਿਸਾਨ ਭਰਾਵਾਂ ਦਾ ਕੁਝ ਰੋਸ ਹੈਗਾ, ਉਹਨਾਂ ਨੂੰ ਪੈਸੇ ਘੱਟ ਮਿਲੇ ਨੇ, ਉਹ ਆਰਬੀਟਰ ਕੋਲ ਜਾ ਕੇ ਆਪਣਾ ਹਨਾਸਮੈਂਟ ਦਾ ਕੇਸ ਲਗਾ ਸਕਦੇ ਨੇ। ਜੋ ਵੀ ਆਰਬੀਟਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਅਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ। ਫਿਲਹਾਲ ਜੋ ਅਵਾਰਡ ਹੋਇਆ ਵੇ ਉਸ ਅਨੁਸਾਰ ਆਪਣੀਆਂ ਫਾਈਲਾਂ ਲਾਉਣ। ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮਾਧਿਅਮ ਦਾ ਵੀ ਬੇਨਤੀ ਕਰਦਾ ਵਾਂ, ਆਪਣੀਆਂ ਆਪਣੀਆਂ ਫਾਈਲਾਂ ਲਾਉਣ, ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ। ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਏਰੀਆ 'ਚ ਪੈਂਦਾ? ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡ ਆ ਜਾਣੇ ਜੀ ਪੈਕੇਜ 2 ਦੇ ਵਿੱਚ। ਬਹਿਲੋਲਪੁਰ ਦੀ ਗੱਲ ਕਰੀਏ ਤਾਂ 0.75 ਕਿਲੋਮੀਟਰ ਹੈਗਾ, ਅਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ, ਉਹ ਵੀ ਏਰੀਆ ਹੈਗਾ। ਅੱਜ ਅਸੀਂ 2 ਪਿੰਡਾਂ ਦੇ ਪੁਜੈਸ਼ਨ ਲੈ ਰਹੇ ਹਾਂ, ਫਿਰ ਹੌਲੀ ਆਪਾਂ ਅੱਗੇ ਪੁਜੈਸ਼ਨ ਲੈਂਦੇ ਹਾਂ। ਸਰ ਜਿਹੜਾ ਰੜਕਾ ਲੱਗਿਆ ਕਿਸਾਨ ਜਿਹੜਾ ਰੋਕ ਰਹੇ ਨੇ, ਬਲੋਲਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ? ਦੇਖੋ ਜੀ, ਅੱਜ ਸ਼ੁਰੂਆਤ ਅਸੀਂ ਬਹਿਲੋਲਪੁਰ ਤੋਂ ਕੀਤੀ ਹੈ। ਅਸੀਂ ਪਹਿਲਾਂ ਉਹਨਾਂ ਪਿੰਡਾਂ 'ਚ ਜਾ ਰਹੇ ਹਾਂ ਜਿੱਥੇ ਮੈਕਸੀਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ। ਸੋ ਬਹਿਲੋਲਪੁਰ ਪੁਆਧ ਦੇ ਵਿੱਚ ਮੈਕਸੀਮਮ ਪਿੰਡ ਲੋਕਾਂ ਨੇ ਪੈਸੇ ਲੈਣੇ, 1-2 ਕਿਸਾਨਾਂ ਨੇ ਜਿਹੜੇ ਪੈਸੇ ਨਹੀਂ ਲਏ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਆਪਣੀ ਫਾਈਲ ਲਾਉਣ ਅਤੇ ਮੇਰੇ ਕੋਲ ਆਪਣੇ 15 ਦਿਨਾਂ ਦੇ ਵਿੱਚ ਵਿੱਚ ਪੈਸੇ ਲੈ ਜਾਣ।